ਅਤੇ ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ। ਮੈਂ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਕਿ ਜੇ ਤੁਸੀਂ ਸਾਡੇ 'ਤੇ ਵਿਸ਼ਵਾਸ ਪ੍ਰਗਟ ਕੀਤਾ, ਜਿਹੜੀਆਂ 2024 'ਚ ਆਉਣ ਵਾਲੀਆਂ ਚੋਣਾਂ ਪਾਰਲੀਮੈਂਟ ਦੀਆਂ, ਉਹ 'ਚ ਜਿਹਨੂੰ ਵੀ ਉਮੀਦਵਾਰ ਹਾਈ ਕਮਾਂਡ ਰੱਖੂਗੀ, ਉਹਦੀ ਅਸੀਂ ਰਲ ਕੇ ਸਾਰੀ ਟੀਮ, ਕੋਈ ਨਵੇਂ ਸਾਡੇ ਥੋੜ੍ਹੇ ਦਿਨ ਨਵੇਂ ਸਰਪੰਚ ਸਾਡੇ ਨਾਲ ਬਹੁਤ ਆਮ ਆਦਮੀ ਪਾਰਟੀ 'ਚ ਆਉਣਗੇ, ਤਕੜੇ ਹੋ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਜਿਵੇਂ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਕਿ 13 ਦੇ ਨਾਲ ਇੱਕ ਹੋਰ 14 ਸੀਟਾਂ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ 'ਚ ਭੇਜਣੀਆਂ। ਇਹੋ ਇਹਨਾਂ ਦੇ ਕੰਮ ਵਧੀਆ ਲੱਗੇ ਜੀ। ਇੱਕ ਸੱਚ ਬੋਲਦੇ ਆ, ਮਾਨ ਸਾਹਿਬ ਨੇ ਜਿਹੜੀ ਗੱਲ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ। ਹਲਕਾ ਮਜੀਠਾ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਬਣਿਆ ਜਦੋਂ ਆਮ ਆਦਮੀ ਪਾਰਟੀ ਵੱਲੋਂ ਪ੍ਰਿਤਪਾਲ ਸਿੰਘ ਜੱਗਾ ਮਜੀਠੀਆ ਨੂੰ ਹਲਕਾ ਇੰਚਾਰਜ ਲਗਾਇਆ ਗਿਆ, ਜਿਸ ਨੂੰ ਲੈ ਕੇ ਅੱਜ ਹਲਕਾ ਮਜੀਠਾ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਉਹਨਾਂ ਵੱਲੋਂ ਪ੍ਰਿਤਪਾਲ ਸਿੰਘ ਜੱਗਾ ਮਜੀਠੀਆ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਤੇ ਪ੍ਰਿਤਪਾਲ ਸਿੰਘ ਜੱਗਾ ਮਜੀਠੀਆ ਨੇ ਦੱਸਿਆ ਕਿ ਪੰਜਾਬ ਵਿੱਚ 92 ਸੀਟਾਂ ਤੇ ਇਤਿਹਾਸਿਕ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਹਾਸਲ ਕਰੇਗੀ, ਜਿਸ ਨਾਲ ਫਿਰ ਤੋਂ ਇਤਿਹਾਸ ਰਚਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵੀ ਗਰੰਟੀਆਂ ਰੱਖਿਆ ਗਿਆ ਸੀ ਉਸਦਾ ਲਾਭ ਅੱਜ ਹਰ ਇੱਕ ਵਿਅਕਤੀ ਲੈ ਰਿਹਾ ਹੈ ਤੇ ਅੱਗੇ ਵੀ ਹੋਰ ਸਹੂਲਤਾਂ ਮਿਲਣ ਦੀ ਉਮੀਦ, ਤਾਂ ਕਿ ਲੋਕ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਕ ਵਿੱਚ ਵੋਟਾਂ ਪਾਉਣ। ਅੱਜ ਵੱਡੇ ਅਹੁਦੇ ਨਾਲ ਤੁਹਾਨੂੰ ਨਵਾਜਿਆ ਗਿਆ, ਕੀ ਕਹਿਣਾ? ਮੈਂ ਜੀ ਆਪਣੇ ਦਿੱਲੀ ਦੇ ਮੁੱਖ ਮੰਤਰੀ, ਆਲ ਇੰਡੀਆ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ, ਸ੍ਰੀ ਸੰਦੀਪ ਪਾਠਕ ਜੀ, ਰਾਘਵ ਚੱਡਾ ਜੀ, ਜਿਹੜੇ ਸਮੁੱਚੀ ਟੀਮ ਆ, ਅਤੇ ਖਾਸ ਕਰਕੇ ਜਿਹੜੇ ਮਾਝੇ ਦੇ ਸਾਡੇ ਕੁਲਦੀਪ ਸਿੰਘ ਜੀ ਧਾਰੀਵਾਲ, ਲਾਲਜੀਤ ਸਿੰਘ ਜੀ ਭੁੱਲਰ, ਅਤੇ ETO ਸਾਹਿਬ ਮੰਤਰੀ, ਅਤੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ, ਨਾਲ ਸਾਡੇ ਜਨਰਲ ਸੈਕਟਰੀ ਇੰਚਾਰਜ ਜਗਰੂਪ ਸੇਖਵਾਂ ਜੀ, ਕਲਸੀ ਜੀ, MLA ਧੁੰਨ ਜੀ, ਇਹਨਾਂ ਸਾਰੀ ਟੀਮ ਨੇ, ਅਤੇ ਖਾਸ ਕਰਕੇ ਮੇਰੇ ਮਜੀਠੇ ਦੇ ਜਿਹੜੇ ਬਲਾਕ ਪ੍ਰਧਾਨ ਆ, ਪਿੰਡੋਂ 4 ਬਲਾਕ ਪ੍ਰਧਾਨ ਸੀ, ਹੁਣ 17 ਬਲਾਕ ਪ੍ਰਧਾਨ ਆ, ਇਹ ਅਤੇ ਇਹਨਾਂ ਨਾਲ ਜਿੰਨੇ ਵੀ ਵਲੰਟੀਅਰ ਆ, ਇਹਨਾਂ ਸਾਰਿਆਂ ਨੇ ਲਿਖ ਕੇ ਘੱਲਿਆ ਸੀ ਕਿ ਮਜੀਠੇ 'ਚ ਤੁਸੀਂ ਮੇਰੇ ਨਾਲ ਵੀ ਇਹਨਾਂ ਨੂੰ ਹਲਕਾ ਇੰਚਾਰਜ ਲਓ, ਅਤੇ ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ। ਮੈਂ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਕਿ ਜੇ ਤੁਸੀਂ ਸਾਡੇ 'ਤੇ ਵਿਸ਼ਵਾਸ ਪ੍ਰਗਟ ਕੀਤਾ, ਜਿਹੜੀਆਂ 2024 'ਚ ਆਉਣ ਵਾਲੀਆਂ ਚੋਣਾਂ ਪਾਰਲੀਮੈਂਟ ਦੀਆਂ, ਉਹ 'ਚ ਜਿਹਨੂੰ ਵੀ ਉਮੀਦਵਾਰ ਹਾਈ ਕਮਾਂਡ ਰੱਖੂਗੀ, ਉਹਦੀ ਅਸੀਂ ਰਲ ਕੇ ਸਾਰੀ ਟੀਮ, ਕੋਈ ਨਵੇਂ ਸਾਡੇ ਥੋੜ੍ਹੇ ਦਿਨ ਨਵੇਂ ਸਰਪੰਚ ਸਾਡੇ ਨਾਲ ਬਹੁਤ ਆਮ ਆਦਮੀ ਪਾਰਟੀ 'ਚ ਆਉਣਗੇ, ਸਾਰੇ ਨਵੇਂ ਅਤੇ ਪੁਰਾਣੇ ਵਰਕਰ ਸਾਰੇ ਇਕੱਠੇ ਹੋ ਕੇ, ਜਿੱਥੇ ਕੋਈ ਮਾੜਾ ਮੋਟਾ ਮੋਟਾ ਹੋਊਗਾ ਉਹਨੂੰ ਵੀ ਬਹਿ ਕੇ ਅਸੀਂ ਹੱਲ ਕਰਾਂਗੇ, ਅਤੇ ਤਕੜੇ ਹੋ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਜਿਵੇਂ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਕਿ 13 ਦੇ ਨਾਲ ਇੱਕ ਹੋਰ 14 ਸੀਟਾਂ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ 'ਚ ਭੇਜਣੀਆਂ ਚੰਡੀਗੜ੍ਹ ਦੀ ਪਾ ਕੇ। ਸਾਰੇ ਮਿਹਨਤ ਕਰਾਂਗੇ, ਟਾਈਮ ਮਿਲ ਗਿਆ ਸਾਨੂੰ, ਸਾਰੇ ਤਕੜੇ ਹੋ ਕੇ ਮਿਹਨਤ ਕਰਾਂਗੇ, ਘਰ ਘਰ ਜਾਵਾਂਗੇ, ਜੋ ਸਾਡੀ ਸਰਕਾਰ ਨੇ ਵਾਅਦੇ ਕੀਤੇ ਤਕਰੀਬਨ ਕਾਫੀ ਪੂਰੇ ਕਰਕੇ ਆ, ਜਿਵੇਂ ਸਰਕਾਰ ਤੁਹਾਡੇ ਦੁਆਰ ਚੱਲ ਰਹੀ ਸਕੀਮ ਵਿੱਚ ਬੜੀਆਂ ਸਹੂਲਤਾਂ ਮਿਲ ਰਹੀਆਂ ਨੇ, ਬਲਾਕ ਪ੍ਰਧਾਨ ਸਾਡੇ ਨਾਲ ਜਾਂਦੇ ਆ, ਜਿੱਥੇ ਮੈਨੂੰ ਵੀ ਕਹਿੰਦੇ ਮੈਂ ਵੀ ਉੱਥੇ ਜਾਂਦਾ ਵਾਂ, ਬਾਕੀ ਹੋਰ ਵੀ ਜਿਵੇਂ ਬਿਜਲੀ 600 ਯੂਨਿਟ ਮਾਫ਼ ਕੀਤੀ, ਉਹਦੇ ਵਿੱਚ 90% ਕਵਰ ਹੋ ਜਾਂਦੇ ਆ, ਪਹਿਲਾਂ SC ਕੋਟੇ 'ਚ ਇਕੱਲੀ ਬਿਜਲੀ ਮਾਫ਼ ਹੁੰਦੀ ਸੀ, ਪਰ ਇਸ ਸਰਕਾਰ ਨੇ ਵਾਅਦਾ ਕੀਤਾ ਸੀ, ਪਲਾਂਟ 'ਚ ਨਵਾਂ ਖਰੀਦਿਆ, ਕੋਲੇ ਜਿਵੇਂ ਖਾਨ ਦੀ ਗੱਲ ਕਰਦਾ, ਜਿਹੜੀ 8-7-8 ਸਾਲ ਤੋਂ ਤਕਰੀਬਨ ਬੰਦ ਪਈ ਸੀ, ਉਹ ਖਾਨ ਦੁਬਾਰਾ ਚਾਲੂ ਕਰਕੇ
ਅਤੇ ਉਹ ਖਾਣ ਜਿਹੜੀ ਆ ਸਰਕਾਰ ਨੇ ਆਪਣੀ ਲਈ ਆ, ਉਹਦਾ ਆਪਾਂ ਨੂੰ ਇੰਨਾ ਬੈਨੀਫਿਟ ਹੋ ਗਿਆ ਕਿ ਸਾਡਾ ਜਿਹੜਾ ਬਿਜਲੀ ਬੋਰਡ ਘਾਟੇ ਚੱਲ ਰਿਹਾ ਸੀ, ਅੱਜ ਉਹ ਪ੍ਰੋਫਿਟ ਆ। ਲੰਬਾ ਸਮਾਂ ਤੁਸੀਂ ਦੂਜੀ ਪਾਰਟੀ ਨਾਲ ਵੀ ਨਿਭਾਈਆਂ ਨੇ, ਕੀ ਇਹਨਾਂ ਦੀਆਂ ਵਧੀਆ ਲੱਗੀਆਂ? ਆਮ ਆਦਮੀ ਪਾਰਟੀ ਇਹੋ ਇਹਨਾਂ ਦੇ ਕੰਮ ਵਧੀਆ ਲੱਗੇ ਜੀ। ਇੱਕ ਸੱਚ ਬੋਲਦੇ ਆ, ਮਾਨ ਸਾਹਿਬ ਨੇ ਜਿਹੜੀ ਗੱਲ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ। ਇੱਥੇ ਬਹੁਤ ਗਰੀਬ ਇਹੋ ਜਿਹੇ ਲੋਕ ਹੈ ਜਿਹੜੇ ਗੁਰਦੁਆਰਿਆਂ ਮੰਦਰਾਂ 'ਚ ਨਹੀਂ ਸੀ ਮੱਥਾ ਟੇਕ ਸਕਦੇ, ਪੈਸੇ ਪੱਖੋਂ ਕਮਜ਼ੋਰ ਸੀਗੇ। ਇਹ ਸਕੀਮ ਚਲਾਈ ਯਾਤਰਾ ਦੀ, ਵੇਖੋ ਗੱਡੀਆਂ 'ਚ ਵੀ ਯਾਤਰਾ ਕਰਾਉਂਦੇ, ਹੁਣ ਬੱਸਾਂ 'ਚ ਵੀ ਯਾਤਰਾ, 26 ਤਰੀਕ ਨੂੰ ਫਿਰ ਬੱਸ ਆ ਰਹੀ ਆ। ਉਹ ਯਾਤਰਾ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਹਰ ਗਰੀਬ ਨੂੰ ਉੱਥੇ ਆਪਾਂ ਘੱਲ ਰਹੇ ਹਾਂ। ਬਿਲਕੁਲ ਮਿਲਦਾ ਜੀ, ਜਿਹੜਾ ਕੰਮ ਕਰਦਾ ਉਹਨੂੰ ਜ਼ਰੂਰ ਮਿਲਦਾ ਵਾ। ਬਾਕੀ ਵੇਖੋ ਬਟ ਇੰਨਾ ਸਿਸਟਮ ਖਰਾਬ ਹੋਇਆ ਤਾਂ 2 ਸਾਲ 'ਚ ਥੋੜ੍ਹਾ ਪੂਰਾ ਇੰਨਾ ਤੁਹਾਡੀ ਸਾਡੇ 3 ਸਾਲ ਰਹਿੰਦੇ ਆ, 3 ਸਾਲ 'ਚ ਜਿਹੜੇ ਰਹਿੰਦੇ ਵਾਦੇ ਉਹ ਪੂਰੇ ਕਰਾਂਗੇ। ਲੋਕਾਂ ਦੇ ਵਿੱਚ ਜੇ ਪਹਿਲੀ ਵਾਰ ਤਾਂ ਇਹ ਗੱਲ ਕਹੀ ਸੀ ਕਿ ਇੱਕ ਵਾਰ ਮੌਕਾ ਕੇਜਰੀਵਾਲ ਜੀ ਨੂੰ, ਅਗਲੀ ਵਾਰ ਸਾਡੇ ਕੰਮਾਂ ਨੂੰ ਮੌਕਾ ਮਿਲੂਗਾ। ਜਿੰਨੇ ਮਾਨ ਸਾਹਿਬ ਨੇ ਕੰਮ ਕਰ ਰਹੇ ਆ, ਸਭ ਤੋਂ ਵਧੀਆ ਗੱਲ ਇਹ ਆ ਵੀ ਆਪਾਂ ਤੁਸੀਂ ਦਫ਼ਤਰਾਂ ਵਿੱਚ ਖੱਜਲ ਖੁਆਰ ਕਿੰਨਾ ਹੁੰਦਾ ਸੀ, ਅਤੇ ਕਿਤੇ ਕੈਂਪ 'ਚ ਤੁਸੀਂ ਜੇ ਜਾਣ ਦਾ ਮੌਕਾ ਮਿਲਿਆ ਜਾ ਕੇ ਵੇਖਿਓ, ਸਾਰੇ ਮਹਿਕਮੇ ਉੱਥੇ ਆਉਂਦੇ ਆ ਅਤੇ ਉੱਥੇ ਕੰਮ ਮੌਕੇ 'ਤੇ ਹੁੰਦੇ ਆ। ਕਿੰਨਾ ਪਿਆਰ ਮਿਲਿਆ ਜੀ ਵਰਕਰਾਂ ਦਾ ਤੁਸੀਂ ਜਦੋਂ ਅਹੁਦੇ ਦੇ ਨੌਜਵਾਨ? ਮੈਂ ਤਾਂ ਸਵੇਰ ਦਾ ਜੀ, ਚਲੋ ਮੈਨੂੰ ਕੋਚੇ ਦੇ ਉੱਥੇ ਜਾਣਾ ਪਿਆ ਸੀ, ਮੰਤਰੀ ਸਾਹਿਬ ਦਾ ਫੋਨ ਆਇਆ ਸੀ, ਅਸੀਂ ਨਾਲੇ ਉਦਘਾਟਨ ਸੀਗਾ ਬਿਜਲੀ ਘਰ ਦਾ, ਅਤੇ ਸਵੇਰ ਦਾ ਇਸ ਤਰ੍ਹਾਂ ਹੀ ਸਾਰੇ ਪਿਆਰ ਦੇ ਰਹੇ। ਹੁਣ ਸਾਰੀ ਟੀਮ ਆਈ ਆ, ਕਿਉਂਕਿ 4 ਵਜੇ ਤੱਕ ਕੈਂਪ ਲੱਗਾ ਸੀ, ਚੇਅਰਮੈਨ ਸਾਹਿਬ ਦੇ ਪਿੰਡ ਵੀ ਲੱਗਾ ਸੀ, ਹੋਰ ਪਿੰਡਾਂ 'ਚ ਵੀ ਕੈਂਪ ਲੱਗੇ ਸੀ, ਬਲਾਕ ਪ੍ਰਧਾਨ ਜੀ ਉੱਥੇ ਡਿਊਟੀ ਸਾਰੇ ਜਾਂਦੇ ਆ, ਅਤੇ ਤਕਰੀਬਨ ਸਵੇਰ ਦਾ ਇਸੇ ਤਰ੍ਹਾਂ ਜਿਹੋ ਜਿਹਾ ਤੁਸੀਂ ਵੇਖਦੇ ਜਿਸ ਤਰ੍ਹਾਂ ਰੌਣਕ ਲੱਗੀ ਆ। ਜਿੰਨਾ ਮਾਣ ਮੈਨੂੰ ਹਲਕੇ ਨੇ ਦਿੱਤਾ, ਮੈਂ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਕਿ ਮੈਨੂੰ ਵੀ ਮਤਲਬ ਮੱਤ ਬਖਸ਼ੀ, ਮੇਰਾ ਦਿਮਾਗ ਨਾ ਖਰਾਬ ਹੋਵੇ, ਮੈਂ ਇਹਨਾਂ ਦੇ ਵਿੱਚ ਰਹਾਂ ਅਤੇ ਇਹਨਾਂ ਦੇ ਕੰਮ ਜਿਹੜੇ ਹੰਕਾਰ ਨਾ ਹੰਕਾਰ ਨਾ ਬਿਲਕੁਲ ਹੋਣਗੇ ਜੀ। ਅੱਜ ETO ਸਾਹਿਬ ਨੂੰ ਮੈਂ ਕਿਹਾ ਜੀ, ਮੈਂ ਸਾਡੀਆਂ ਸੜਕਾਂ ਦਾ ਬੜਾ ਮਾੜਾ ਹਾਲ ਆ, ਹੁਣ ਇਹ ਹੈ ਵੀ ਕੋਡ ਥੋੜ੍ਹੇ ਦਿਨ ਲੱਗ ਜਾਣਾ, ਹੁਣ ਇਸ ਵੇਲੇ ਜਿਹੜੇ ਕੰਮ ਆ, ਅਤੇ ਇਹ ਹੈ ਵੀ ਇਲੈਕਸ਼ਨ ਤੋਂ ਬਾਅਦ ਜਿਹੜੇ ਆ ਕੰਮ ਆਪਾਂ ਐਂ ਪੂਰੀ ਲੀਹ 'ਤੇ ਲਿਆਵਾਂਗੇ। ਸਾਰੇ ਕੰਮ ਜਿੱਥੇ ਕੋਈ ਲੋੜ ਹੋ ਜਾਵੇ CM ਸਾਹਿਬ ਕੋਲ ਜਾਵਾਂਗੇ, ਮੰਤਰੀ ਸਾਹਿਬ ਕੋਲ ਜਾਵਾਂਗੇ, ਸਾਡੀ ਜਿਹੜੇ ਹਲਕਾ ਇੰਚਾਰਜ ਨੇ ਪੰਜਾਬ ਦੇ ਜਨਰਲ ਸੈਕਟਰੀ ਉਹ ਜਗਰੂਪ ਸੇਖਵਾਂ ਜੀ, ਸਾਡੇ ਪਾਠਕ ਜੀ, ਜਿਹੜੇ ਸਾਰੇ ਪੰਜਾਬ ਨੂੰ ਇਹਨਾਂ ਨੇ ਟੀਮ ਸਾਡੇ ਜਿਹੜੇ ਇਹ ਜੁਆਇਨਿੰਗ ਮੇਰੀ ਜਾਂ ਸਭ ਕੁਝ ਮਿਲਿਆ, ਇਹ ਸਰਵੇ ਨਾਲ ਹੋਇਆ। ਸਾਡੀ ਪਾਰਟੀ 'ਚ ਇੱਕ ਸਭ ਤੋਂ ਵਧੀਆ ਗੱਲ ਇਹ ਆ ਕਿ ਸਰਵੇ ਕਰਾਉਂਦੇ ਆ, ਉਹ ਸਰਵੇ ਦਾ ਸਾਨੂੰ ਖੁਦ ਨਹੀਂ ਪਤਾ ਲੱਗਦਾ ਜਿਹੜੇ ਵੀ ਅਸੀਂ ਪਿੰਡਾਂ 'ਚ ਵੀ ਕੌਣ ਆਦਮੀ ਸਰਵੇ ਕਿਹਦਾ ਕਰ ਰਿਹਾ। ਆਮ ਲੋਕਾਂ ਦੇ ਸਰਕਾਰੀ ਦੇ ਬਾਰੇ ਵੀ ਕੰਮ ਬਹੁਤ ਡਿਲੇ ਹੋਣ ਡੇ, ਉਹਨਾਂ ਬਾਰੇ ਦੱਸੋ। ਨਹੀਂ ਜੀ, ਹੁਣ ਤੁਹਾਡੇ ਸਾਹਮਣੇ ਪਿੰਡਾਂ 'ਚ ਜਾ ਕੇ ਕੈਂਪ ਲੱਗ ਗਿਆ, ਆਟਾ ਵੰਡਣਾ ਵੀ ਕੱਲ੍ਹ ਦਾ ਸ਼ੁਰੂ ਹੋ ਗਿਆ ਇਹਨਾਂ ਪਿੰਡ, ਜੱਜੀਆਂ ਨੇ ਸ਼ੁਰੂ ਕੀਤਾ, ਜੈਵਲ ਤੋਂ ਸ਼ੁਰੂ ਕੀਤਾ, ਮੁੱਢਲੀਆਂ ਚੀਜ਼ਾਂ ਜਿੱਦਾਂ ਪੁਲਿਸ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ, ਹੋਰ ਵੀ ਬਾਕੀ ਡਿਪਾਰਟਮੈਂਟ ਚੱਕਰ ਅੱਜ ਦੱਸਿਆ ਸੀ ਧਾਰੀਵਾਲ ਸਾਹਿਬ ਨੇ ਕਿ ਇੱਕ ਪੋਲਸੀ ਨਵੀਂ, ਕੱਲ੍ਹ ਵੀ ਕੈਬਨਿਟ ਦੀ ਮੀਟਿੰਗ ਹੈ, ਇੱਕ ਨਵੀਂ ਪੋਲਸੀ ਬਣਾ ਰਹੇ ਆ ਵੀ ਜਦੋਂ ਕੋਈ ਵੀ ਪੁਲਿਸ ਮਹਿਕਮੇ 'ਚ ਬਦਲੀ ਹੋਣੀ ਹੈ ਸਮੁੱਚੇ ਸਟਾਫ ਦੀ ਕਰਾਓ। ਇਹ ਗੱਲ ਮੈਂ ਉਹਨਾਂ ਨੂੰ ਦੱਸੀ, ਪਹਿਲਾਂ ਵੀ ਇਹ ਗੱਲ ਅਸੀਂ ਬੜੀ ਉਠਾਈ ਵੀ ਜਦੋਂ ਆਪਾਂ SHO ਚੇਂਜ ਕਰਦੇ ਥੱਲਾ ਸਟਾਫ ਉਹ ਹੁੰਦਾ, ਉਹ ਭੇਤੀ ਹੁੰਦਾ, ਉਹ ਖਰਾਬ ਕਰਦਾ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੱਗਾ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਅੰਮ੍ਰਿਤਸਰ ਤੋਂ ਅਕਸ਼ਿਤ, ਰਿਪੋਰਟ, ਅੰਮ੍ਰਿਤਸਰ ਕੇਸਰੀ।